ਰੱਬ ਬਖਸ਼ਦਾ ਇਸ ਸੰਗੀਤ ਦਾ ਹੁਨਰ ਉਹਨਾਂ ਕਰਮਾਂ ਵਾਲਿਆਂ ਨੂੰ ਜਿਸ ਦੀ ਰੂਹਾਂ ਵਿੱਚ ਸੰਗੀਤ ਵਸਿਆ ਹੁੰਦਾ ਹੈ। ਹੁੰਦੀ ਉਸ ਦੀ ਹੀ ਚੜ੍ਹਾਈ ਇਸ ਜੱਗ ਵਿੱਚ ਮਿੱਤਰੋ, ਜਿਸ ਦੀ ਆਵਾਜ਼ ਨੂੰ ਲੋਕਾਂ ਦਾ ਪਿਆਰ ਮਿਲਦਾ ਹੈ। ਜੀ ਹਾਂ ਦੋਸਤੋ, ਜਿਨ੍ਹਾਂ ਦੀ ਆਵਾਜ਼ ਨੂੰ ਤੁਸੀਂ ਦਿੰਦੇ ਹੋ ਬੇਸ਼ੁਮਾਰ ਪਿਆਰ, ਉਹੀ ਬਣਦਾ ਜੀ ਮਿਊਜ਼ਿਕ ਇੰਡਸਟਰੀ ਦਾ ਕਲਾਕਾਰ। ਅਤੇ ਮੈਂ ਸਾਹਿਲ ਵਿਡੋਲੀਆ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਸਾਰਿਆਂ ਦਾ ਫੇਵਰੇਟ ਸ਼ੋਅ, ਨਾਮ ਹੈ ਜਿਸ ਦਾ PTC ਸਪੋਟਲਾਈਟ। ਦੋਸਤੋ, ਅੱਜ ਮੇਰੇ ਸ਼ੋਅ ਵਿੱਚ ਮੇਰਾ ਖਾਸ ਮਹਿਮਾਨ ਹੋਏਗਾ ਉਹ ਕਲਾਕਾਰ ਜੋ ਮੇਮ ਵਰਗੀ ਕੁੜੀ ਦੇ ਵਾਸਤੇ ਸ਼ਾਇਰੀ ਵਿੱਚ ਪੈ ਗਿਆ ਅਤੇ ਅੱਜ ਕੱਲ੍ਹ ਉਸ ਦੇ ਉੱਤੇ ਕੇਸ ਵੀ ਪੈ ਗਿਆ ਹੈ। ਬਿਲਕੁਲ ਸਹੀ ਗੈਸ ਕੀਤਾ ਜੀ, ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਜੀ ਸਾਗਰ ਚੀਮਾ ਦੇ ਨਾਲ। ਸਤਿ ਸ਼੍ਰੀ ਅਕਾਲ ਸਾਗਰ ਚੀਮਾ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ। ਹਾਲ ਚਾਲ ਜੀ ਤੁਹਾਡਾ? ਵਧੀਆ ਜੀ, ਵਧੀਆ, ਠੀਕ ਠਾਕ। ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ PTC ਸਪੋਟਲਾਈਟ ਦੇ। ਥੈਂਕ ਯੂ ਜੀ, ਥੈਂਕ ਯੂ। ਭਾਅ ਜੀ, ਸਾਡੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਸਿੰਗਰਸ ਆ ਰਹੇ ਨੇ, ਆਪਣੇ ਨੂੰ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਹਾਂਜੀ, ਆਪਣੇ ਗੀਤਾਂ ਦੇ ਨਾਲ, ਲਿਰਿਕਸ ਦੇ ਨਾਲ, ਮਿਊਜ਼ਿਕ ਦੇ ਨਾਲ, ਹਾਂਜੀ। ਕਿੰਨਾ ਕੁ ਮੁਸ਼ਕਿਲ ਹੋ ਜਾਂਦਾ ਹੈ ਇੱਕ ਨਵੇਂ ਸਿੰਗਰ ਨੂੰ ਇਸ ਇੰਡਸਟਰੀ ਦੇ ਵਿੱਚ ਆ ਕੇ ਆਪਣੇ ਨੂੰ ਐਸਟੈਬਲਿਸ਼ ਕਰਨਾ? ਮੁਸ਼ਕਿਲ ਤਾਂ ਵੀਰੇ ਕੁਝ ਖਾਸ ਨਹੀਂ, ਹੈ ਨਾ, ਪਰ ਸ਼ੁਰੂ ਸ਼ੁਰੂ ਵਿੱਚ ਕੋਈ ਵੀ ਆਪਾਂ ਕੰਮ ਕਰਦੇ ਮੁਸ਼ਕਿਲ ਹੁੰਦੀ, ਹੈ ਨਾ, ਅਤੇ ਪਰ ਇੱਕ ਵਾਰੀ ਜਦੋਂ ਸਿਆਣੇ ਕਹਿੰਦੇ ਨੇ ਕਿ ਕੰਮ ਤੁਰ ਪਏ ਫਿਰ ਕੋਈ ਖਾਸ ਮੁਸ਼ਕਿਲ ਨਹੀਂ, ਹੈ ਨਾ। ਸ਼ੁਰੂ ਸ਼ੁਰੂ ਵਿੱਚ ਕਾਫੀ ਮੁਸ਼ਕਿਲਾਂ ਆਉਂਦੀਆਂ ਨੇ, ਪਰ ਜਦੋਂ ਇੱਕ ਵਾਰੀ ਆਪਾਂ ਕੰਮ 'ਤੇ ਪੈ ਜਾਂਦੇ, ਕੋਈ ਵੀ ਕੰਮ ਮੁਸ਼ਕਿਲ ਸ਼ੁਰੂ ਸ਼ੁਰੂ ਵਿੱਚ ਆਉਂਦੀਆਂ ਨੇ, ਹੈ ਨਾ। ਅਤੇ ਜੇ ਤੁਹਾਡੇ ਲਾਈਫ ਦੀ ਗੱਲ ਕਰੀਏ, ਕਰੀਅਰ ਦੀ ਗੱਲ ਕਰੀਏ, ਤਾਂ ਤੁਹਾਨੂੰ ਕਿੰਨਾ ਕਿਹੋ ਜਿਹੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇਸ ਇੰਡਸਟਰੀ ਦੇ ਵਿੱਚ? ਮੈਨੂੰ ਤਾਂ ਵੀਰੇ ਕੁਝ ਖਾਸ ਨਹੀਂ, ਹੈ ਨਾ, ਜਿੱਦਾਂ ਘਰਦਿਆਂ ਨੂੰ ਕਹਿੰਦੇ ਸੀ ਪਹਿਲਾਂ, ਰਿਸ਼ਤੇਦਾਰ ਵੀ ਕਹਿਣ ਲੱਗ ਪਏ, ਯਾਰ ਤੁਸੀਂ ਕਿਹੜੇ ਕੰਮ 'ਚ ਪਾਤਾ, ਹੈ ਨਾ, ਪੜ੍ਹਾਈ ਲਿਖਾਈ ਦੇ ਕੰਮ 'ਚ ਪਾਓ ਇਹਨੂੰ। ਅਤੇ ਪਰ ਹੁਣ ਉਹੀ ਮਤਲਬ ਰਿਸ਼ਤੇਦਾਰ ਖੁਸ਼ ਹੁੰਦੇ ਨੇ ਜਦੋਂ ਦੇਖਦੇ ਨੇ, ਫੋਨ ਕਰਦੇ ਨੇ, ਯਾਰ ਅੱਜ ਤੇਰਾ ਗਾਣਾ ਦੇਖਿਆ, ਹੈ ਨਾ, ਅੱਜ ਇੱਥੇ ਤੂੰ ਸ਼ੋਅ ਕੀਤਾ, ਅਤੇ ਮਤਲਬ ਵਧੀਆ ਲੱਗਦਾ। ਪਰ ਇਹ ਪ੍ਰੂਵ ਕਰਨ ਤੋਂ ਬਾਅਦ ਜਿਹੜੀ ਫੀਲਿੰਗ ਹੁੰਦੀ ਹੈ, ਕਿਉਂਕਿ ਇੱਕ ਤਾਂ ਇੱਕ ਆਰਟਿਸਟ ਨੂੰ ਆਪਣੇ ਆਪ ਨੂੰ ਅਸਟੈਬਲਿਸ਼ ਜਦੋਂ ਕਰ ਲੈਂਦਾ, ਉਹ ਫਿਰ ਆਸਾਨ ਹੁੰਦਾ, ਫਿਰ ਉਸ ਤੋਂ ਬਾਅਦ ਉਹਨੂੰ ਸੰਭਾਲਣਾ, ਉਹ ਕਿੰਨਾ ਕੁ ਮੁਸ਼ਕਿਲ ਹੁੰਦਾ? ਮੁਸ਼ਕਿਲ ਨਹੀਂ ਵੀਰੇ ਕੁਝ ਖਾਸ, ਹੈ ਨਾ, ਜਿੱਦਾਂ ਆਪਾਂ ਤੁਸੀਂ ਚੰਗਾ ਗਾਈ ਜਾਓ, ਲੋਕ ਤੁਹਾਨੂੰ ਪਸੰਦ ਕਰਦੇ ਨੇ, ਜੇ ਚੰਗਾ ਗਾਈ ਜਾਓਗੇ ਤਾਂ ਕੋਈ ਮੁਸ਼ਕਿਲ ਮੇਰੇ ਹਿਸਾਬ ਨਾਲ ਨਹੀਂ, ਯਾਰ ਕੋਈ ਆਉਂਦੀ, ਹੈ ਨਾ। ਫਿਰ ਜੇ ਤੁਹਾਡੇ ਸਿੰਗਿੰਗ ਕਰੀਅਰ ਦੀ ਗੱਲ ਕਰੀਏ, ਤਾਂ ਤੁਹਾਨੂੰ ਕਦੋਂ ਇੰਟਰਸਟ ਪਿਆ ਸਿੰਗਿੰਗ ਵੱਲ, ਕਿਹੜਾ ਵੇਲਾ ਸੀਗਾ ਜਦੋਂ ਤੁਸੀਂ ਸੋਚਿਆ ਕਿ ਮੈਂ ਸਿੰਗਿੰਗ ਵੱਲ ਜਾਣਾ? ਮੈਂ ਵੀਰੇ ਸ਼ੁਰੂ ਤੋਂ ਹੀ ਗਾਉਂਦਾ ਸੀ, ਹੈ ਨਾ, ਸਕੂਲ ਟਾਈਮ ਵੀ, ਅਤੇ ਸਕੂਲੇ ਵੀ ਉਹਨਾਂ ਸਾਰਿਆਂ ਨੇ ਕਹਿਣਾ, ਯਾਰ ਗਾ ਸਟੇਜ 'ਤੇ ਗਾ, ਕੋਈ ਵੀ ਫੰਕਸ਼ਨ ਜਾਂ ਕੋਈ ਵੀ ਕਿਤੇ ਵੀ, ਅਤੇ ਹੌਲੀ ਹੌਲੀ ਕਰਕੇ ਫਿਰ ਆਪਣਾ ਚੱਲਦਾ ਗਿਆ ਕੰਮ, ਹੈ ਨਾ, ਸ਼ੁਰੂ ਤੋਂ ਹੀ। ਮਤਲਬ ਤੁਸੀਂ ਆਪਣੀ ਲਾਈਫ ਦੇ ਵਿੱਚ ਸਿੰਗਿੰਗ ਨੂੰ ਹੀ ਜ਼ਿਆਦਾ ਟਾਈਮ ਦਿੱਤਾ? ਹਾਂਜੀ। ਜੇ ਸਟੱਡੀਜ਼ ਦੀ ਗੱਲ ਕਰੀਏ, ਹਾਂਜੀ, ਕਿ ਉਹ ਵੀ ਪੈਰਲਰ ਤੁਸੀਂ ਉਹਨੂੰ ਉਸਦੇ ਲਈ ਪ੍ਰੋਪਰ ਟਾਈਮ ਕੱਢਿਆ? ਹਾਂਜੀ ਵੀਰੇ, ਉਹਦੇ ਲਈ ਵੀ ਸੀ, ਪਰ ਸਿੰਗਿੰਗ ਲਈ ਜ਼ਿਆਦਾ ਸੀ, ਹੈ ਨਾ। ਅੱਛਾ ਜੀ, ਸਿੰਗਿੰਗ ਲਈ ਜ਼ਿਆਦਾ ਸੀ, ਰਾਈਟ। ਪਰ ਸਭ ਤੋਂ ਪਹਿਲੇ ਜਿਹੜੇ ਟਰੈਕ ਦੀ ਤੁਹਾਡੀ ਗੱਲ ਕਰੀਏ, ਹਾਂਜੀ, ਤਾਂ ਉਹ ਜਿਹੜਾ ਟਰੈਕ ਆਇਆ ਸੀਗਾ, ਉਹਦਾ ਤੁਹਾਨੂੰ ਕਿੰਨੀਆਂ ਉਮੀਦਾਂ ਸੀਗੀਆਂ? ਉਸ ਟਰੈਕ ਦੇ ਬਾਰੇ ਸਾਨੂੰ ਦੱਸੋ, ਕੀ ਲੱਗਦਾ ਸੀਗਾ ਕਿ ਇਹ ਟਰੈਕ ਇੰਨਾ ਫੇਮਸ ਹੋ ਜਾਏਗਾ? ਉਮੀਦ ਤਾਂ ਵੀਰੇ ਇੱਦਾਂ ਸੀ, ਹੈ ਨਾ, ਕੋਈ ਵੀ ਕਰਦਾ ਆਰਟਿਸਟ, ਮੈਂ ਨਹੀਂ, ਕੋਈ ਵੀ ਕਰਦਾ, ਕੋਈ ਵੀ ਗਾਣਾ ਕਰਦਾ, ਹੈ ਨਾ, ਉਹਨੂੰ ਹੁੰਦਾ ਯਾਰ ਮੇਰਾ ਸੁਪਰ ਡੁਪਰ ਹਿੱਟ ਹੋਵੇ, ਚਲੋ ਉਹ ਆਪਣਾ ਗਾਣਾ ਨਹੀਂ ਵਧੀਆ ਰਿਹਾ ਸੀ, ਹੈ ਨਾ, ਕੁਝ ਵਧੀਆ ਖਾਸ ਨਹੀਂ ਰਿਹਾ ਸੀ, ਪਰ ਜਿੱਦਾਂ ਹੌਲੀ ਹੌਲੀ ਕਰਕੇ ਹੁਣ ਸਾਰਾ ਵਧੀਆ ਚੱਲੀ ਜਾਂਦਾ ਕੰਮ। ਅਤੇ ਉਹ ਜਿਹੜੇ ਲੋਕ ਸੀਗੇ ਉਸ ਵੇਲੇ, ਕਿ ਉਹਨਾਂ ਨੇ ਤੁਹਾਡਾ ਪੂਰਾ ਸਾਥ ਦਿੱਤਾ ਅੱਗੇ ਤੁਹਾਡੇ ਸਿੰਗਿੰਗ ਦੇ ਵਿੱਚ, ਜਿਹੜੇ ਲੋਕ ਤੁਹਾਡੇ ਨਾਲ ਪਹਿਲਾਂ ਜੁੜੇ ਸੀਗੇ, ਉਹਨਾਂ ਦਾ ਕੀ ਰਿਐਕਸ਼ਨ ਸੀਗਾ ਉਸ ਤੋਂ ਬਾਅਦ? ਸਾਥ ਵੀਰੇ ਸਭ ਤੋਂ ਪਹਿਲਾਂ ਤਾਂ ਮੈਂ ਥੈਂਕਸ ਕਰਦਾ ਆਪਣੇ ਪਾਪਾ ਦਾ, ਹੈ ਨਾ, ਉਹਨਾਂ ਨੇ ਹੁਣ ਤੱਕ ਸਾਥ ਦਿੰਦੇ ਆਏ ਨੇ, ਜੇ ਅੱਜ ਇੱਥੇ ਬੈਠਾਂ ਤਾਂ ਉਹਨਾਂ ਦੀ ਵਜ੍ਹਾ ਨਾਲ ਬੈਠਾਂ, ਹੈ ਨਾ। ਅੱਛਾ ਜੀ। ਅਤੇ ਬਾਕੀ ਖਾਸ ਕਿਸੇ ਦੂਜੇ ਬੰਦੇ ਦਾ ਨਹੀਂ ਮੈਂ ਕਹਿ ਸਕਦਾ, ਪਰ ਉਹਨਾਂ ਨੇ ਬਹੁਤ ਸਾਥ ਦਿੱਤਾ ਮੇਰਾ। ਕੀ ਤੁਹਾਡੀ ਫੈਮਿਲੀ ਦੇ ਵਿੱਚ ਵੀ ਸਿੰਗਿੰਗ ਨਾਲ ਕੋਈ ਨਹੀਂ ਸੀਗਾ ਜੁੜਿਆ? ਨਹੀਂ, ਕੋਈ ਇਹੋ ਜਿਹਾ ਨਹੀਂ ਸੀਗਾ। ਅਤੇ ਜੇ ਗੱਲ ਕਰੀਏ ਉਸ ਗੀਤ ਦੀ ਜਿਸ ਨੇ ਤੁਹਾਨੂੰ ਇੱਕ ਅਲੱਗ ਪਹਿਚਾਣ ਦਿੱਤੀ, ਹਾਂਜੀ, ਤਾਂ ਉਹ ਗੀਤ ਕਿਹੜਾ? ਬਈ ਸ਼ਾਇਰ ਗਾਣੇ ਤੋਂ ਆਪਣੀ ਪਛਾਣ ਹੋਈ ਸੀ, ਹੈ ਨਾ। ਅੱਛਾ ਜੀ। ਅਤੇ ਹੁਣ ਕੇਸ ਗਾਣੇ ਨੇ ਬਹੁਤ ਵਧੀਆ ਪਿਆਰ ਦਿੱਤਾ ਲੋਕਾਂ ਨੇ ਕੇਸ ਗਾਣੇ ਨੂੰ, ਸੋ ਲੋਕ ਜਾਣਨ ਲੱਗ ਪਏ, ਹੈ ਨਾ, ਜਦੋਂ ਅੱਗੇ ਕਿਤੇ ਜਾਈਦਾ ਸੀ ਕੋਈ ਪਛਾਣਦਾ ਨਹੀਂ ਸੀ, ਹੁਣ ਕਿਤੇ ਜਾਈਦਾ ਲੋਕ ਫੋਟੋਆਂ ਖਿਚਾਉਂਦੇ ਨੇ, ਹੈ ਨਾ, ਮਿਲਦੇ ਨੇ, ਵਧੀਆ ਲੱਗਦਾ, ਖੁਸ਼ੀ ਹੁੰਦੀ ਮੰਮੀ ਪਾਪਾ ਨੂੰ ਵੀ, ਮਤਲਬ ਵਧੀਆ ਸਾਰਾ ਕੁਝ, ਹੈ ਨਾ। ਪਰ ਮੈਂ ਸ਼ਾਇਰ ਗੀਤ ਤੁਹਾਡੇ ਤੋਂ ਸੁਣਨਾ ਚਾਹੂੰਗਾ। ਜ਼ਰੂਰ। ਹੋ ਚਾਂਦੀ ਦੇ ਵਰਕਿਆਂ ਤੇ ਸੋਨੇ ਦੇ ਸ਼ਬਦਾਂ ਨਾ ਤੇਰੀ ਤਾਰੀਫ ਲਿਖ ਦੇਣਾ, ਜੇ ਸ਼ਾਇਰ ਹੁੰਦਾ ਤਾਂ ਤੇਰੀ ਮਨਮੋਣੀ ਸੂਰਤ ਤੇ ਹਜ਼ਾਰਾਂ ਗੀਤ ਲਿਖ ਦੇਣਾ, ਜੇ ਸ਼ਾਇਰ ਹੁੰਦਾ ਤਾਂ ਤੇਰੀ ਮਨਮੋਣੀ ਸੂਰਤ ਤੇ ਹਜ਼ਾਰਾਂ ਗੀਤ ਲਿਖ ਦੇਣਾ। ਕੀ ਬਾਤ ਹੈ ਜੀ, ਵਾਕਈ ਜੀ ਕਮਾਲ। ਅੱਛਾ ਭਾਜੀ, ਜੇ ਤੁਹਾਡੇ ਲਾਈਫ ਦੇ ਵਿੱਚ ਤੁਹਾਡੇ ਆਈਡਲ ਦੀ ਗੱਲ ਕਰੀਏ, ਤਾਂ ਕੌਣ ਨੇ? ਬਈ ਪ੍ਰਭ ਗਿੱਲ ਭਾਜੀ ਨੂੰ ਸੁਣਦਾ ਮੈਂ ਸ਼ੁਰੂ ਤੋਂ, ਹੈ ਨਾ। ਅੱਛਾ। ਅਤੇ ਉਹਨਾਂ ਦਾ ਹੀ ਫੈਨ ਆ, ਜਦੋਂ ਫਰੀ ਟਾਈਮ ਜਾਂ ਕਿਤੇ ਵੀ ਉਹਨਾਂ ਦੇ ਗਾਣੇ ਸੁਣਦਾ ਮੈਂ ਜ਼ਿਆਦਾਤਰ। ਬਾਕੀ ਵੀ ਕਲਾਕਾਰ ਨੂੰ ਕਿਸੇ ਨੂੰ ਆਪਾਂ ਮਾੜਾ ਨਹੀਂ ਕਹਿੰਦੇ, ਹੈ ਨਾ, ਸਾਰੇ ਵਧੀਆ ਨੇ ਆਪੋ ਆਪਣੀ ਜਗ੍ਹਾ 'ਤੇ, ਪਰ ਜ਼ਿਆਦਾ ਮੈਂ ਉਹਨਾਂ ਨੂੰ ਸੁਣਦਾ। ਅੱਛਾ। ਜਾਂ ਪੁਰਾਣੇ ਗਾਣੇ ਸੁਣਦਾ, ਜਮਲਾ ਉਸਤਾਦ ਜੀ, ਹੈ ਨਾ,
ਤੇ ਜਾਂ ਜ਼ਿਆਦਾ ਉਹਨਾਂ ਨੂੰ ਸੁਣਦਾ ਤੇ ਪ੍ਰਭਗਿਲ ਜੀ ਤੁਹਾਨੂੰ ਕਿਹੜੀ ਉਹ ਖਾਸ ਗੱਲ ਲੱਗਦੀ ਹੈ ਜਿਸ ਦੇ ਲਈ ਜਿਸ ਤੋਂ ਤੁਸੀਂ ਇਨਸਪਾਇਰਡ ਹੋ ਮਿਠਾਸ ਉਹਨਾਂ ਦੀ ਆਵਾਜ਼ ਵਰਗੀ ਹੈ ਨਾ ਕਿਤੇ ਨਹੀਂ ਹੈਗੀ ਕਿਸੇ ਦੀ ਆਵਾਜ਼ 'ਚ ਨਹੀਂ ਹੈਗੀ ਅਤੇ ਤਾਂ ਕਰਕੇ ਜ਼ਿਆਦਾ ਮੈਂ ਉਹਨਾਂ ਦਾ ਫੈਨ ਹਾਂ ਅਤੇ ਜੇ ਗੱਲ ਕਰਾਂ ਮੈਂ ਸ਼ੋਅ ਸੀ ਤੁਸੀਂ ਕਿਹਾ ਕਿ ਮੈਂ ਸਕੂਲ ਦੇ ਵਿੱਚ ਵੀ ਪਰਫੋਰਮ ਕਰਦਾ ਸੀ ਗਾਇਕ ਕਰਦਾ ਸੀ ਕੋਈ ਵੀ ਇਹੋ ਜਿਹਾ ਮੈਮੋਰੇਬਲ ਸ਼ੋਅ ਰਿਹਾ ਹੋਵੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਕਿਹੜਾ ਹੋਏਗਾ ਮੈਂ ਬਾਈ ਸਕੂਲੇ ਕੀਤਾ ਸੀ ਹੈ ਨਾ ਮੈਂ ਜਿੱਥੇ ਪੜ੍ਹਦਾ ਰਿਹਾ ਸਰਬਜੀਤ ਚੀਮਾ ਹੈ ਨਾ ਉਹਨਾਂ ਦੇ ਬ੍ਰਦਰ ਦਾ ਸਕੂਲ ਆ ਉੱਥੇ ਸਾਡੇ ਲਾਗੇ ਅਤੇ ਉੱਥੇ ਮੈਂ ਪੜ੍ਹਦਾ ਰਿਹਾ ਸੀ ਉੱਥੇ ਕਾਫੀ ਚੀਫ ਗੈਸਟ ਵੀ ਆਏ ਜਾਂ ਸਾਰੇ ਉਹਨਾਂ ਨੇ ਮਤਲਬ ਵਧੀਆ ਕਿਹਾ ਵੀ ਵਧੀਆ ਹੈ ਨਾ ਗਾਉਣਾ ਚਾਹੀਦਾ ਅਤੇ ਮੁੜ ਕੇ ਮੈਂ ਘਰ ਗੱਲ ਕੀਤੀ ਆਪਣੇ ਵੀ ਮੈਂ ਪੈਣਾ ਇਸ ਕੰਮ 'ਤੇ ਅਤੇ ਸਾਰਿਆਂ ਨੇ ਕਿਹਾ ਕਿ ਪਹਿਲਾਂ ਸਿੱਖ ਲਾ ਹੈ ਨਾ ਅਤੇ ਮੁੜ ਕੇ ਮੈਂ 2-4 ਸਾਲ ਸਿੱਖਿਆ ਬਈ ਅਤੇ ਫਿਰ ਮੈਂ ਇਸ ਕੰਮ ਵਿੱਚ ਪਿਆ ਹਾਂ ਮਤਲਬ ਘਰਦਿਆਂ ਦੀ ਪੂਰੀ ਸਪੋਰਟ ਰਹੀ ਹੈ ਪੂਰੀ ਹਾਂਜੀ ਮੈਂ ਪਹਿਲਾਂ ਦੱਸਿਆ ਜਿੱਦਾਂ ਵੀ ਪਾਪਾ ਨੇ ਸ਼ੁਰੂ ਤੋਂ ਸਪੋਰਟ ਕੀਤੀ ਮੈਨੂੰ ਹੈ ਨਾ ਮੰਮੀ ਪਾਪਾ ਨੇ ਸ਼ੁਰੂ ਤੋਂ ਮੈਨੂੰ ਸਪੋਰਟ ਉਹਨਾਂ ਦੀ ਰਹੀ ਹੈ ਰਿਸ਼ਤੇਦਾਰ ਤਾਂ ਕਾਫੀ ਕਹਿੰਦੇ ਸੀ ਨਹੀਂ ਯਾਰ ਇੱਧਰ ਨਹੀਂ ਪਾਉਣਾ ਹੈ ਨਾ ਇਹ ਕੰਮ ਨਹੀਂ ਪਰ ਘਰਦਿਆਂ ਨੇ ਸਾਥ ਦਿੱਤਾ ਵੀ ਤੂੰ ਜੇ ਜਿਹੜੇ ਕੰਮ 'ਚ ਜਾਣਾ ਤੈਨੂੰ ਉਸੇ ਜੀ ਹੈ ਨਾ ਸਾਗਰ ਚੀਮਾ ਜੀ ਦੇ ਨਾਲ ਸਾਗਰ ਤੁਹਾਡਾ ਲੇਟੈਸਟ ਟਰੈਕ ਕੇਸ ਹਾਂਜੀ ਇਸ ਤੋਂ ਪਹਿਲਾਂ ਜਿਹੜੇ ਵੀ ਆਪਾਂ ਤੁਹਾਡੇ ਗੀਤ ਦੇਖੇ ਨੇ ਉਸ ਦੇ ਵਿੱਚ ਇੱਕ ਰੋਮਾਂਸ ਹੁੰਦਾ ਮਤਲਬ ਰੋਮਾਂਟਿਕ ਸੌਂਗਸ ਨੇ ਜਾਂ ਫਿਰ ਇੱਕ ਮੈਸੇਜ ਵਾਲੇ ਸੌਂਗਸ ਹੁੰਦੇ ਨੇ ਹਾਂਜੀ ਵੀਰੇ ਹੁਣ ਤੁਸੀਂ ਇੱਕ ਬਿਲਕੁਲ ਡਿਫਰੈਂਟ ਗੀਤ ਲੈ ਕੇ ਆਏ ਹੋ ਇਸ ਦੇ ਪਿੱਛੇ ਕੀ ਰੀਜ਼ਨ ਸੀਗਾ ਰੀਜ਼ਨ ਵੀਰੇ ਇਹੀ ਸੀਗੇ ਹੈ ਨਾ ਜਿੱਦਾਂ ਟੀਮ ਆਪਣੀ ਗੁਰਸ਼ੇਰ ਸਿੰਘ ਭਾਅ ਜੀ ਉਹਨਾਂ ਨੇ ਇਸ ਤੋਂ ਪਹਿਲਾਂ ਗਾਣਾ ਤੇਰੇ ਜਿੰਨੀ ਸੋਹਣੀ ਉਹਦੀ ਵੀਡੀਓ ਕੀਤੀ ਸੀ ਉਹ ਵੀ ਕਹਿੰਦੇ ਜਾਂ ਮੇਰੇ ਯਾਰ ਦੋਸਤ ਵੀ ਸਾਰੇ ਪਿਆਰ ਇਹ ਸਾਰੀ ਕੋਈ ਭੰਗੜੇ ਵਾਲਾ ਜਾਂ ਕੁਝ ਇੱਦਾਂ ਦਾ ਖੜਕੇ ਦੜਕੇ ਵਾਲਾ ਜੋ ਚੱਲਦਾ ਹੈ ਨਾ ਅਤੇ ਫਿਰ ਆਪਾਂ ਹੈਪੀ ਰਾਏ ਕੋਟੀ ਭਾਅ ਜੀ ਕੋਲ ਗਏ ਅਤੇ ਉਹਨਾਂ ਨੇ ਵੀ ਇਹੀ ਕਿਹਾ ਵੀ ਤੁਸੀਂ ਇੱਦਾਂ ਦਾ ਕਰੋ ਬੈਟਰ ਰਹੂਗਾ ਅਤੇ ਉਹ ਵਧੀਆ ਵੀ ਰਿਹਾ ਆਪਾਂ ਨੂੰ ਰਿਸਪੋਂਸ ਵੀ ਚੰਗਾ ਹੈ ਨਾ ਲੋਕਾਂ ਨੇ ਪਿਆਰ ਵੀ ਦਿੱਤਾ ਕਾਫੀ ਗਾਣੇ ਨੂੰ ਸੋ ਤਾਂ ਕਰਕੇ ਆਪਾਂ ਇਹ ਗਾਣਾ ਕੀਤਾ ਬਾਈ ਅਤੇ ਹੈਪੀ ਰਾਏ ਕੋਟੀ ਜੀ ਨਾਲ ਤੁਹਾਡੀ ਮੁਲਾਕਾਤ ਕਿਸ ਤਰ੍ਹਾਂ ਹੋਈ ਕਿਉਂਕਿ ਬਹੁਤ ਵਧੀਆ ਰਾਈਟਰ ਨੇ ਉਹ ਹਾਂਜੀ ਸਾਡੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹਾਂਜੀ ਅਤੇ ਉਹਨਾਂ ਨਾਲ ਕਿਸ ਤਰ੍ਹਾਂ ਮੁਲਾਕਾਤ ਹੋਈ ਅਤੇ ਤੁਸੀਂ ਉਹਨਾਂ ਨੂੰ ਹੀ ਕਿਉਂ ਚੂਜ਼ ਕੀਤਾ ਲਿਰਿਕਸ ਵਾਸਤੇ ਬਈ ਜਿੱਦਾਂ ਆਪਾਂ ਦੇਖਦੇ ਹਾਂ ਨਾ ਇਸ ਟਾਈਮ ਟੌਪ 'ਤੇ ਉਹੀ ਮੰਨ ਸਕਦੇ ਹਾਂ ਕਿ ਉਹੀ ਜਾ ਰਹੇ ਹੈ ਨਾ ਅਤੇ ਮੇਰੇ ਯਾਰ ਦੋਸਤ ਵੀ ਕਹਿਣ ਲੱਗ ਪਏ ਗੁਰਸ਼ੇਰ ਵੀਰਾ ਹੈ ਨਾ ਅਤੇ ਸਾਰੇ ਕਹਿੰਦੇ ਕਿ ਉਹਨਾਂ ਕੋਲ ਆਪਾਂ ਲਈਏ ਭਾਅ ਜੀ ਕੋਲ ਵਧੀਆ ਰਹੂਗਾ ਲਿਖਦੇ ਵੀ ਬਹੁਤ ਘੈਂਟ ਨੇ ਹੈ ਨਾ ਅਤੇ ਤਾਂ ਕਰਕੇ ਆਪਾਂ ਫਿਰ ਉਹਨਾਂ ਕੋਲ ਲਿਆ ਬਾਈ ਗਾਣਾ ਅੱਛਾ ਜੀ ਅਤੇ ਇਹ ਜਿਹੜਾ ਗੀਤ ਸੀਗਾ ਹਾਂਜੀ ਜਿਹੜਾ ਤੁਸੀਂ ਕੇਸ ਗੀਤ ਲੈ ਕੇ ਆਏ ਹੋ ਕੀ ਇਹ ਇੱਕਦਮ ਚੂਜ਼ ਕਰ ਲਿਆ ਇਸ ਤੋਂ ਪਹਿਲਾਂ ਵੀ ਕੁਝ ਗਾਣੇ ਸਿਲੈਕਟ ਕੀਤੇ ਸੀਗੇ ਤੁਸੀਂ ਜਿਹੜਾ ਤੁਸੀਂ ਰਿਲੀਜ਼ ਕਰਨਾ ਚਾਹੁੰਦੇ ਸੀਗੇ ਨਹੀਂ ਬਾਈ ਇਹੀ ਕੀਤਾ ਸੀ ਹੈ ਨਾ ਅੱਛਾ ਬਾਈ ਨੇ ਸੁਣਾਇਆ ਪਹਿਲਾਂ ਤਾਂ ਪਹਿਲਾਂ ਹੀ ਆਪਾਂ ਸਿਲੈਕਟ ਕਰਤਾ ਸੀ ਅਤੇ ਤੁਹਾਨੂੰ ਕਿਹੜੀ ਇਸਦੀ ਕਿਹੜੀ ਲਾਈਨ ਤੁਹਾਨੂੰ ਸਭ ਤੋਂ ਜ਼ਿਆਦਾ ਅਟਰੈਕਟ ਕੀਤੀ ਜਿਸ ਕਰਕੇ ਤੁਸੀਂ ਇਸ ਗੀਤ ਨੂੰ ਚੂਜ਼ ਕੀਤਾ ਮੈਨੂੰ ਬਾਈ ਸ਼ੁਰੂਆਤ ਵਿੱਚ ਹੀ ਵਧੀਆ ਲੱਗਾ ਹੈ ਨਾ ਤੈਨੂੰ ਛੇੜਦਾਰ ਕਾਨੇ ਬੰਦਾ ਦੇੜਤਾ ਛੱਡਿਆ ਨਾ ਕੱਖ ਵੱਲੀਏ ਸੋ ਤਾਂ ਕਰਕੇ ਤਾਂ ਇਹ ਗਾਣਾ ਜੇ ਸੁਣਾ ਦਿਓਗੇ ਤਾਂ ਫਿਰ ਬਹੁਤ ਵਧੀਆ ਹੋ ਜਾਵੇ ਹੋ ਤੇਰੇ ਕਰਕੇ ਗੰਡਾ ਸੇ ਤਿੱਖੇ ਕਰਦਾ ਹੁੰਦਾ ਸੀ ਨੀ ਮੈਂ ਵੈਲੀਆਂ ਦੇ ਸਿਰ ਬੜਾ ਚੜ੍ਹਦਾ ਹੁੰਦਾ ਸੀ ਨੀ ਤੈਨੂੰ ਛੇੜਦਾ ਰਕਾਨੇ ਬੰਦਾ ਦੇੜਤਾ ਲੈ ਛੱਡਿਆ ਨਾ ਕੱਖ ਬਲੀਏ ਉਹ ਕੇਸ ਪੈ ਗਿਆ ਪੁਲਿਸ ਫਿਰੇ ਭਾਲਦੀ ਤੇ ਪੂਰਦੀ ਤੂੰ ਪੱਖ ਬਲੀਏ ਨੀ ਕੇਸ ਪੈ ਗਿਆ ਪੁਲਿਸ ਫਿਰੇ ਭਾਲਦੀ ਤੇ ਪੂਰਦੀ ਤੂੰ ਪੱਖ ਬਲੀਏ ਵਾਹ ਜੀ ਵਾਹ ਕੀ ਵਾਹ ਥੈਂਕ ਯੂ ਬਾਈ ਸੋ ਜੇ ਮਿਊਜ਼ਿਕ ਦੀ ਗੱਲ ਕਰੀਏ ਮਿਊਜ਼ਿਕ ਕਿਹਨਾਂ ਨੇ ਦਿੱਤਾ ਇਸ ਗੀਤ ਦਾ ਮਿਊਜ਼ਿਕ ਵੀਰੇ ਲਾਡੀ ਵੀਰੇ ਨੇ ਕੀਤਾ ਲਾਡੀ ਗੱਲ ਭਾਅ ਜੀ ਹੈ ਨਾ ਉਹਨਾਂ ਨੇ ਕੀਤਾ ਹੈਪੀ ਰਾਏ ਕੋਟੀ ਭਾਅ ਜੀ ਕੋਲ ਗਏ ਅਤੇ ਉਹ ਕਹਿੰਦੇ ਕਿ ਇਹਨਾਂ ਕੋਲ ਕਰਾਓ ਹੈ ਨਾ ਅੱਛਾ ਇਕੱਠੇ ਕੰਮ ਕਰਦੇ ਨੇ ਦੋਵੇਂ ਜਾਣੇ ਅਤੇ ਆਪਾਂ ਉਹਨਾਂ ਕੋਲ ਕਰਾ ਲਿਆ ਅਤੇ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਤੁਹਾਡਾ ਹੈਪੀ ਰਾਏ ਕੋਟੀ ਜੀ ਨਾਲ ਅਤੇ ਲਾਡੀ ਜੀ ਨਾਲ ਗੱਲ ਮਤਲਬ ਕੰਮ ਵਧੀਆ ਰਿਹਾ ਭਾਅ ਜੀ ਜਿੱਦਾਂ ਲਿਖਦੇ ਬਹੁਤ ਘੈਂਟ ਨੇ ਉੱਦਾਂ ਬੰਦੇ ਬਹੁਤ ਘੈਂਟ ਨੇ ਹੈ ਨਾ ਲਾਡੀ ਵੀਰਾ ਵੀ ਹੈਪੀ ਵੀਰਾ ਵੀ ਅਤੇ ਵਧੀਆ ਐਕਸਪੀਰੀਅੰਸ ਰਿਹਾ ਉਹਨਾਂ ਦਾ ਅਤੇ ਤੁਸੀਂ ਗੱਲ ਕੀਤੀ ਹੈ ਘੈਂਟ ਬੰਦੇ ਨੇ ਇਹ ਘੈਂਟ ਦੀ ਜੇ ਆਪਾਂ ਐਕਸਪਲੇਨੇਸ਼ਨ ਤੁਹਾਡੇ ਤੋਂ ਪੁੱਛੀਏ ਤਾਂ ਉਹਨਾਂ ਦੀ ਕੀ ਖਾਸ ਗੱਲ ਹੈ ਜਿਹੜੀ ਲੋਕਾਂ ਨੂੰ ਨਹੀਂ ਪਤਾ ਘੈਂਟ ਗੱਲ ਵੀਰੇ ਇੱਦਾਂ ਵੀ ਜਿੱਦਾਂ ਉਹਨਾਂ ਦਾ ਨਾਮ ਹੈ ਇਸ ਟਾਈਮ ਹੈ ਨਾ ਪੂਰੀ ਦੁਨੀਆ ਵਿੱਚ ਪਰ ਕੋਈ ਉਹਨਾਂ 'ਚ ਈਗੋ ਨਹੀਂ ਕੋਈ ਉਹਨਾਂ 'ਚ ਆਕੜ ਨਹੀਂ ਹੈ ਨਾ ਮਤਲਬ ਨੋਰਮਲੀ ਜਿੱਦਾਂ ਆਪਾਂ ਇੱਕ ਦੂਜੇ ਨੂੰ ਮਿਲਦੇ ਉੱਦਾਂ ਮਿਲਦੇ ਹੈ ਨਾ ਅਤੇ ਵੈਸੇ ਵੀ ਬਹੁਤ ਵਧੀਆ ਸਾਰਾ ਕੁਝ ਯਾਰ ਹੈ ਨਾ ਉਹਨਾਂ ਦਾ ਵੀਡੀਓ ਦੇ ਵਿੱਚ ਤੁਸੀਂ ਬੜਾ ਡਿਫਰੈਂਟ ਰੋਲ ਪਲੇ ਕੀਤਾ ਇੱਕ ਬੋਲਡ ਰੋਲ ਪਲੇ ਕੀਤਾ ਹੈ ਨਾ ਇਸ ਦੇ ਵਿੱਚ ਤੁਹਾਡੇ ਲਈ ਕਿੰਨਾ ਕੁ ਚੈਲੇਂਜਿੰਗ ਸੀਗਾ ਇਹ ਔਖਾ ਸੀ ਵੀਰੇ ਜਿੱਦਾਂ ਪਹਿਲਾ ਗਾਣੇ ਆਪਣੇ ਸਾਰੇ ਰੋਮਾਂਟਿਕ ਜਾਂ ਸੈਡ ਸੀ ਹੈ ਨਾ ਅਤੇ ਇਹਦੇ ਲਈ ਔਖਾ ਸੀ ਪਰ ਵਧੀਆ ਸੀ ਟੀਮ ਸਾਰੀ ਬਹੁਤ ਵਧੀਆ ਸੀ ਆਪਣੇ ਨਾਲ ਗੁਰਸ਼ੇਰ ਭਾਅ ਜੀ ਹੋਰ ਵੀ ਬੰਦੇ ਹੈ ਨਾ ਆਪਣਾ ਕੈਮਰਾਮੈਨ ਹੈ ਨਾ DOP ਦੂਜਾ ਸ਼ੋਹਿਬ ਬੰਬੇ ਤੋਂ ਅਤੇ ਸਾਰਿਆਂ ਨੇ ਕੰਮ ਵਧੀਆ ਕਰਾਇਆ ਅੱਛਾ ਜੀ ਅਤੇ ਵਧੀਆ ਰਹਿ ਗਿਆ ਯਾਰ ਰਾਈਟ ਜੀ ਅਤੇ ਇਸ ਲਈ ਕੁਝ ਖਾਸ ਪ੍ਰੈਪਰੇਸ਼ਨ ਕਰਨੀ ਪਈ ਜਿਹੜਾ ਤੁਸੀਂ ਕਰੈਕਟਰ ਇਸ ਦੇ ਵਿੱਚ ਪਲੇ ਕੀਤਾ ਨਹੀਂ ਖਾਸ ਤਾਂ ਬਾਈ ਕੁਝ ਨਹੀਂ ਜਿੱਦਾਂ ਮੈਂ ਦੱਸਿਆ ਸਾਰੇ ਵਧੀਆ ਸੀ ਆਪਣੇ ਨਾਲ ਬੰਦੇ ਟੀਮ ਵਧੀਆ ਸੀ ਹੈ ਨਾ ਉਹ ਕਰਾਈ ਗਏ ਆਪਣੇ ਵਧੀਆ ਕਰੀ ਗਏ ਆਪਾਂ ਖਾਸ ਤਾਂ ਕੁਝ ਵੈਸੇ ਕੋਈ ਪਿਆ ਨਹੀਂ ਹੈ ਨਾ
ਤੇ ਜੇ ਲੋਕੀ ਪਸੰਦ ਵੀ ਕੀਤਾ ਲੋਕਾਂ ਨੇ ਸਾਰਿਆਂ ਨੇ ਵੀ ਬਾਈ ਵਧੀਆ ਐਕਟਿੰਗ ਕੀਤੀ ਹਨਾ ਜਿੱਦਾਂ ਆਪਣੇ ਪਹਿਲਾ ਗਾਣੇ ਰੋਮਾਂਟਿਕ ਜਾਂ ਸੈਡ ਸੀ ਇਹਦੇ ਵਿੱਚ ਡਿਫਰੈਂਟ ਸੀ ਲੋਕਾਂ ਨੇ ਪਸੰਦ ਵੀ ਕੀਤਾ ਵੀ ਮੈਸੇਜ ਆਉਂਦੇ ਨੇ ਫੋਨ ਆਉਂਦੇ ਨੇ ਹਨਾ ਕਿ ਯਾਰ ਵਧੀਆ ਐਕਟਿੰਗ ਕੀਤੀ ਹਾਂਜੀ ਵਧੀਆ ਤੇ ਜੇ ਇਸ ਇਸ ਗੀਤ ਤੋਂ ਬਾਅਦ ਤੁਹਾਨੂੰ ਤੁਹਾਡੇ ਲਾਈਫ ਦੇ ਵਿੱਚ ਜੇ ਮੈਂ ਡਿਫਰੈਂਸ ਦੀ ਗੱਲ ਪੁੱਛਾਂ ਤੇ ਤੁਹਾਡੀ ਲਾਈਫ ਦੇ ਵਿੱਚ ਕਿੰਨਾ ਕੁ ਡਿਫਰੈਂਸ ਆਇਆ ਇਸ ਗੀਤ ਤੋਂ ਬਾਅਦ ਕਾਫੀ ਡਿਫਰੈਂਸ ਆਇਆ ਵੀਰੇ ਜਿੱਦਾਂ ਪਹਿਲਾ ਗਾਣੇ ਆਪਾਂ ਰੋਮਾਂਟਿਕ ਜਾਂ ਸੈਡ ਸੀ ਇਹ ਉਸ ਤੋਂ ਬਿਲਕੁਲ ਡਿਫਰੈਂਟ ਸੀ ਹਨਾ ਖੜਕੇ ਧੜਕੇ ਵਾਲਾ ਤੇ ਕਾਫੀ ਡਿਫਰੈਂਟ ਆ ਗਿਆ ਹਨਾ ਰਾਈਟ ਜਿੱਦਾਂ ਪਹਿਲਾਂ ਆਪਾਂ ਨੂੰ ਲੋਕ ਮੈਸੇਜ ਕਰਦੇ ਯਾਰ ਤੇ ਮਤਲਬ ਤੁਹਾਡੇ ਵਰਗਾ ਉਹ ਰੋਮਾਂਟਿਕ ਗਾ ਨਹੀਂ ਸਕਦਾ ਕੋਈ ਹਨਾ ਜਾਂ ਇੱਦਾਂ ਹੁਣ ਇਹਦੇ ਕਰਦੇ ਨੇ ਯਾਰ ਤੁਸੀਂ ਬਹੁਤ ਵਧੀਆ ਕੀਤਾ ਘੈਂਟ ਸੋਹਣਾ ਸੁਤਾਂ ਕਰਕੇ ਹਾਂਜੀ ਮਤਲਬ ਲਾਈਫ ਦੇ ਵਿੱਚ ਬਹੁਤ ਵਧੀਆ ਚੀਜ਼ ਆ ਵਧੀਆ ਰਹਿ ਗਿਆ ਵਧੀਆ ਰਹਿ ਗਿਆ ਅੱਗੇ ਇੱਕ ਬੋਲਡ ਕਰੈਕਟਰ ਤੁਸੀਂ ਪਲੇ ਕੀਤਾ ਜੀ ਇਸ ਗੀਤ ਦੇ ਵਿੱਚ ਤੇ ਹੋਰ ਵੀ ਬਥੇਰੀਆਂ ਗੱਲਾਂ ਕਰਾਂਗੇ ਤੁਹਾਡੀ ਲਾਈਫ ਦੇ ਬਾਰੇ ਪਰਸਨਲ ਲਾਈਫ ਦੇ ਬਾਰੇ ਦੋਸਤੋ ਵੇਲਾ ਹੋ ਗਿਆ ਜੀ ਇੱਕ ਛੋਟੀ ਜਿਹੀ ਬ੍ਰੇਕ ਦਾ ਕਿਤੇ ਨਾ ਜਾਇਓ ਜੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪੀ ਟੀ ਸੀ ਸਪੋਟਲਾਈਟ ਦੇ ਵਿੱਚ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ ਜੀ ਸਾਗਰ ਚੀਮਾ ਦੇ ਨਾਲ ਸਾਗਰ ਚੀਮਾ ਜੇ ਮੈਂ ਤੁਹਾਡੇ ਟੇਸਟ ਦੀ ਗੱਲ ਕਰਾਂ ਕਿ ਤੁਹਾਨੂੰ ਕਿਹੋ ਜਿਹੇ ਗੀਤ ਪਸੰਦ ਨੇ ਮਤਲਬ ਕਿਹੋ ਜਿਹੇ ਗੀਤ ਤੁਸੀਂ ਗਾਣੇ ਪਸੰਦ ਕਰਦੇ ਹੋ ਤਾਂ ਉਹ ਕਿਹੜੇ ਗੀਤ ਹੋਣਗੇ ਮੈਨੂੰ ਬਾਈ ਰੋਮਾਂਟਿਕ ਵੀ ਪਸੰਦ ਹੈ ਹਨਾ ਸੈਡ ਵੀ ਪਸੰਦ ਪਰ ਜੋ ਆਪਾਂ ਕਹਿ ਸਕਦੇ ਹਾਂ ਵੀ ਲੋਕ ਕਹਿੰਦੇ ਨੇ ਕਿ ਇੱਦਾਂ ਦਾ ਗਾਓ ਗਾਉਣਾ ਪੈਂਦਾ ਹਨਾ ਕੰਮ ਇੱਦਾਂ ਦਾ ਆਪਣਾ ਪਰ ਜਿੱਦਾਂ ਮੈਂ ਪਹਿਲਾਂ ਦੱਸਿਆ ਪ੍ਰਭ ਗਿੱਲ ਭਾਅ ਜੀ ਨੂੰ ਸੁਣਦਾ ਤਾਂ ਰੋਮਾਂਟਿਕ ਜ਼ਿਆਦਾ ਮੈਨੂੰ ਵਧੀਆ ਲੱਗਦੇ ਹਨਾ ਰੋਮਾਂਟਿਕ ਸਾਈਡ ਮਤਲਬ ਤੁਹਾਡਾ ਜਿਹੜਾ ਹੈਗਾ ਜ਼ੋਨਰ ਹੈਗਾ ਉਹ ਰੋਮਾਂਟਿਕ ਤੇ ਸਾਈਡ ਵਾਲਾ ਹਾਂਜੀ ਇਹਦੇ ਪਿੱਛੇ ਕੋਈ ਪਾਰਟੀਕੂਲਰ ਰੀਜ਼ਨ ਹੈਗਾ ਕਿ ਇਸ ਦੇ ਵਿੱਚ ਫੀਲ ਹੁੰਦੀ ਹੈ ਜਾਂ ਕੁਝ ਇਸ ਕਰਕੇ ਤੁਹਾਨੂੰ ਪਸੰਦ ਨਹੀਂ ਰੀਜ਼ਨ ਨਹੀਂ ਵੀਰੇ ਸ਼ੁਰੂ ਤੋਂ ਮੈਂ ਗਾਉਂਦਾ ਆਇਆ ਹਨਾ ਜਿੱਦਾਂ ਮੈਂ ਦੱਸਿਆ ਕਿ ਸੁਣਦਾ ਹੈ ਜਿਹਨੂੰ ਬੰਦੇ ਨੂੰ ਆਪਾਂ ਸੁਣਦੇ ਫਿਰ ਉਦਾਂ ਦੇ ਆਪਾਂ ਬਣਨ ਦੀ ਕੋਸ਼ਿਸ਼ ਕਰਦੇ ਹਨਾ ਸੋ ਤਾਂ ਇਸੇ ਕਰਕੇ ਪ੍ਰਭ ਗਿੱਲ ਨੂੰ ਤੁਸੀਂ ਸੁਣਦੇ ਆ ਰਹੇ ਹੋ ਇਸ ਕਰਕੇ ਤੁਹਾਡੇ ਮਨ ਦੇ ਵਿੱਚ ਵੀ ਉਹ ਚੀਜ਼ ਹਾਂਜੀ ਹਾਂਜੀ ਵਾਹ ਜੀ ਹਾਂਜੀ ਤੇ ਜੇ ਹੌਬੀਜ਼ ਦੀ ਮੈਂ ਗੱਲ ਕਰਾਂ ਤੁਹਾਡੀ ਕੀ ਹੌਬੀਜ਼ ਨੇ ਸੰਗੀਤ ਤੋਂ ਇਲਾਵਾ ਕੁਝ ਹੋਰ ਵੀ ਕਰਨਾ ਪਸੰਦ ਕਰਦੇ ਹੋ ਨਹੀਂ ਬਾਈ ਹੋਰ ਤਾਂ ਕੋਈ ਨਹੀਂ ਯਾਰ ਪਸੰਦ ਆਪਾਂ ਨੂੰ ਸਿਰਫ ਸੰਗੀਤ ਦੇ ਵਿੱਚ ਡਰਾਈਵਿੰਗ ਹੈ ਨਾ ਆਪਾਂ ਨੂੰ ਘੁੰਮਣਾ ਫਿਰਨਾ ਜ਼ਿਆਦਾ ਪਸੰਦ ਹੈ ਠੀਕ ਹੈ ਬਾਕੀ ਕੁਝ ਖਾਸ ਨਹੀਂ ਤੇ ਜੇ ਅੱਜ ਜੇ ਸਾਗਰ ਚੀਮਾ ਸਿੰਗਰ ਨਾ ਹੁੰਦਾ ਤਾਂ ਕੀ ਹੁੰਦਾ ਕੁਝ ਨਹੀਂ ਹੋਣਾ ਸੀ ਬਾਈ ਸਟੱਡੀ ਕਰਦਾ ਹੋਣਾ ਸੀ ਹਨਾ ਸਟੱਡੀ ਕਰਕੇ ਬਾਹਰ ਜਿੱਦਾਂ ਸਾਰੇ ਜਣੇ ਜਾਂਦੇ ਉਦਾਂ ਜਾਣਾ ਸੀ ਅੱਛਾ ਮਤਲਬ ਲੋਕਾਂ ਦੇ ਪਿੱਛੇ ਲੱਗ ਕੇ ਜਾਣਾ ਸੀਗਾ ਜਿਵੇਂ ਲੋਕੀ ਕਰਦੇ ਨੇ ਉਵੇਂ ਬਾਹਰ ਚਲੇ ਜਾਓ ਉਦਾਂ ਹਨਾ ਇਹ ਕਨਸੈਪਟ ਕੀ ਹੈ ਚਲੋ ਹੁਣ ਤੁਸੀਂ ਬਾਹਰ ਦੀ ਗੱਲ ਜੇ ਕੀਤੀ ਹੈ ਇਹ ਕੀ ਚੱਕਰ ਹੈਗੇ ਲੋਕੀ ਬਾਹਰ ਕਿਉਂ ਜਾਣਾ ਚਾਹੁੰਦੇ ਨੇ ਬਾਹਰ ਬਾਈ ਆਪਣੇ ਨਾਲੋਂ ਆਪਾਂ ਜਿੱਦਾਂ ਚਲੋ ਇੱਥੇ ਆਪਣੇ ਪੰਜਾਬ ਵਿੱਚ ਵੀ ਸਭ ਕੁਝ ਮਿਲਦਾ ਹਨਾ ਬਾਕੀ ਇਹਦਾ ਆਨਸਰ ਮੈਂ ਤੁਹਾਨੂੰ ਦੇ ਨਹੀਂ ਸਕਦਾ ਕਿਉਂਕਿ ਅੱਜ ਤੱਕ ਮੈਨੂੰ ਸਮਝ ਨਹੀਂ ਲੱਗੀ ਮੈਂ ਇਹ ਕੰਮ 'ਚ ਪਿਆ ਨਹੀਂ ਮੈਨੂੰ ਇਹਦਾ ਬਾਹਲਾ ਪਤਾ ਨਹੀਂ ਅੱਛਾ ਹਨਾ ਠੀਕ ਹੈ ਮਤਲਬ ਦੇਖੋ ਦੇਖੀ ਜ਼ਿਆਦਾ ਦੇਖੋ ਦੇਖੀ ਲੋਕੀ ਇਸ ਚੀਜ਼ ਨੂੰ ਲੋਕੀ ਹਾਂਜੀ ਤੇ ਅੱਜ ਜੇ ਪਰਿਵਾਰ ਦੀ ਗੱਲ ਕਰੀਏ ਤਾਂ ਤੁਹਾਡਾ ਪਰਿਵਾਰ ਕਿੰਨਾ ਕੁ ਸੈਟੀਸਫਾਈ ਹੈ ਤੁਹਾਨੂੰ ਇਸ ਮੁਕਾਮ ਤੇ ਦੇਖ ਕੇ ਸਾਰੇ ਖੁਸ਼ ਆ ਭਾਜੀ ਬਹੁਤ ਹਨਾ ਮੈਂ ਮੰਮੀ ਪਾਪਾ ਅਸੀਂ ਤਿੰਨੇ ਜਾਣੇ ਹਨ ਤੇ ਕਦੀ ਫੈਮਿਲੀ ਨੇ ਇਹ ਨਹੀਂ ਕਿਹਾ ਕਿ ਬੜਾ ਕੰਪੀਟੀਸ਼ਨ ਹੈ ਇਸ ਫੀਲਡ ਦੇ ਵਿੱਚ ਕੁਝ ਹੋਰ ਵੀ ਸੋਚ ਸਕਦਾ ਤੂੰ ਯਾਰ ਕੋਈ ਨਹੀਂ ਮਤਲਬ ਪੂਰੀ ਸਪੋਰਟ ਹੈਗੀ ਹੈ ਜਿੱਦਾਂ ਤੁਹਾਨੂੰ ਦੱਸਿਆ ਪਾਪਾ ਨਾਲ ਸੀ ਹਨਾ ਉਹ ਕਹੇ ਤੂੰ ਲੱਗਾ ਰਹਿ ਮੈਂ ਤੇਰੇ ਨਾਲ ਹਨਾ ਸੋ ਜਦੋਂ ਪਿਓ ਇਹ ਗੱਲ ਕਹਦੇ ਵੀ ਮੈਂ ਤੇਰੇ ਨਾਲ ਹਾਂ ਫਿਰ ਤੁਹਾਨੂੰ ਪਤਾ ਹੀ ਹੈ ਰੱਬ ਵਰਗਾ ਹੋਣਾ ਹੌਸਲਾ ਹੋ ਜਾਂਦਾ ਬਿਲਕੁਲ ਬਿਲਕੁਲ ਹਾਂਜੀ ਚਲੋ ਬਹੁਤ ਚੰਗੀ ਗੱਲ ਹੈ ਤੇ ਜੇ ਕੋਈ ਵੀ ਇਹੋ ਜਿਹੀ ਗੱਲ ਮੈਂ ਤੁਹਾਡੇ ਤੋਂ ਪੁੱਛਾਂ ਜਿਹੜੀ ਤੁਹਾਨੂੰ ਹੱਲੇ ਵੀ ਯਾਦ ਹੋਵੇ ਜੋ ਤੁਸੀਂ ਸ਼ੋਅ ਲਾਉਣ ਜਾਂਦੇ ਤੁਸੀਂ ਗੱਲ ਕੀਤੀ ਸੀ ਲੋਕੀ ਤੁਹਾਡੇ ਨਾਲ ਫੋਟੋਆਂ ਖਿਚਾਉਣ ਆਉਂਦੇ ਨੇ ਹਾਂਜੀ ਜਾਂ ਹੁਣ ਲੋਕੀ ਪਛਾਣਨ ਲੱਗ ਪਏ ਨੇ ਕੋਈ ਇਹੋ ਜਿਹੀ ਗੱਲ ਜੋ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਜੋ ਬੜੀ ਇੰਟਰਸਟਿੰਗ ਹੋਵੇ ਜਾਂ ਮੈਮੋਰੇਬਲ ਹੋਵੇ ਜੋ ਤੁਹਾਡੇ ਨਾਲ ਹੋਈ ਹੋਵੇ ਪਹਿਲਾਂ ਬਾਈ ਇੱਦਾਂ ਸੀ ਹਨਾ ਜਿੱਦਾਂ ਵੀ ਆਪਾਂ ਨੂੰ ਕੋਈ ਜਾਣਦਾ ਨਹੀਂ ਸੀ ਹਨਾ ਨਾਂ ਨਹੀਂ ਸੀ ਹੈਗਾ ਬੈਠੇ ਰਹੀਦਾ ਸੀ ਯਾਰ ਟਾਈਮ ਦੇ ਦਿਓ ਗਾਣਾ ਗਾਉਣ ਦਾ ਇੱਕ ਹੀ ਭਾਵੇ ਗਾ ਲੈਣ ਦਿਓ ਬੈਠੇ ਰਹੀਦਾ ਸੀ ਤੇ ਸੋ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਅੱਛਾ ਜੀ ਤੇ ਫਿਰ ਵੀ ਮਤਲਬ ਮੈਂ ਵੀ ਜਦੋਂ ਕਿਤੇ ਗਾਉਣਾ ਹਨਾ ਤੇ ਕੋਈ ਵੀ ਕਹਿੰਦਾ ਯਾਰ ਮੈਨੂੰ ਇੱਕ ਅੱਧਾ ਉਹਨੂੰ ਦੇਈਦਾ ਟਾਈਮ ਕਿਉਂਕਿ ਟਾਈਮ ਦੇਣਾ ਬਣਦਾ ਹਨਾ ਟਾਈਮ ਕਿਹੜੇ ਵੇਲੇ ਬਦਲ ਜੇ ਕਿਸੇ ਨੂੰ ਪਤਾ ਨਹੀਂ ਲੱਗਦਾ ਬਾਈ ਬਿਲਕੁਲ ਬਿਲਕੁਲ ਸੋ ਇਹ ਤਾਂ ਗੱਲ ਬਿਲਕੁਲ ਹਾਂਜੀ ਬਾਕੀ ਜੀ ਗੱਲ ਬਿਲਕੁਲ ਘੈਂਟ ਹੈਗੀ ਹੈ ਤੁਹਾਡੀ ਗੱਲ ਇਹ ਸੱਚਾਈ ਵੀ ਹੈਗੀ ਇਸ ਗੱਲ ਦੇ ਵਿੱਚ ਟਾਈਮ ਦਾ ਟਾਈਮ ਬਦਲ ਜਾਂਦਾ ਵੀ ਕੁਝ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿੰਨੇ ਕਿੱਥੇ ਚੱਲ ਜਾਣਾ ਹਨ ਬਿਲਕੁਲ ਹਾਂਜੀ ਤੇ ਜੇ ਤੁਹਾਡੇ ਟੋਟਲ ਹੁਣ ਤੱਕ ਦੇ ਗੀਤਾਂ ਦੀ ਗੱਲ ਕਰੀਏ ਤਾਂ ਕਿੰਨੇ ਗੀਤ ਤੁਸੀਂ ਰਿਲੀਜ਼ ਕਰ ਚੁੱਕੇ ਹੋ ਬਾਈ ਮੇਰੇ ਹੁਣ ਤੱਕ 7 ਗਾਣੇ ਆ ਚੁੱਕੇ ਹਨ ਕੇਸ ਵਾਲਾ ਪਾ ਕੇ 7 ਗਾਣੇ ਹੋ ਚੁੱਕੇ ਨੇ ਹਾਂਜੀ ਤੇ ਇਹਨਾਂ 7 ਦੇ ਵਿੱਚ ਤੁਹਾਡਾ ਸਭ ਤੋਂ ਫੇਵਰਟ ਗੀਤ ਕਿਹੜਾ ਮੇਰਾ ਬਾਈ ਤੇਰੇ ਜਿੰਨੀ ਸੋਹਣੀ ਗਾਣਾ ਫੇਵਰਟ ਤੇਰੇ ਜਿੰਨੀ ਸੋਹਣੀ ਤੇ ਇਹ ਗਾਣਾ ਸੁਣਾ ਦਿਓ ਫਿਰ ਜ਼ਰੂਰ ਹਾਂ ਹੋ ਤੈਨੂੰ ਰੂਪ ਦਾ ਗਰੂ ਤੇਰੇ ਪਿੱਛੇ ਪਈਆਂ ਕਈ ਵੇ ਮੈਂ ਆਖ ਦਿੱਤੀ ਗੱਲ ਜਿਹੜੀ ਲੱਗੀ ਮੈਨੂੰ ਸਹੀ ਵੇ ਤੈਨੂੰ ਹੋਈ ਨੀ ਤਸੱਲੀ ਮੈਨੂੰ ਹਾਂ ਕਰਕੇ ਵੇ ਮੈਂ ਤੇਰੇ ਜਿੰਨੀ ਸੋਹਣੀ ਵੇ ਮੈਂ ਤੇਰੇ ਜਿੰਨੀ ਸੋਹਣੀ ਨਹੀਂ ਆਂ ਤਾਂ ਕਰਕੇ ਵੇ ਮੈਂ ਤੇਰੇ ਜਿੰਨੀ ਸੋਹਣੀ ਵੇ ਮੈਂ ਤੇਰੇ ਜਿੰਨੀ ਸੋਹਣੀ ਨਹੀਂ ਆ ਤਾਂ ਕਰਕੇ
ਵੇ ਮੈਂ ਤੇਰੇ ਜਿੰਨੀ ਸੋਹਣੀ ਵੇ ਵਾਹ ਜੀ ਵਾਹ ਕੀ ਬਾਤ ਹੈ ਫਿਊਚਰ ਪਲਾਨਸ ਦੀ ਗੱਲ ਕਰੀਏ ਤਾਂ ਅੱਗੇ ਕੀ ਲੈ ਕੇ ਆ ਰਹੇ ਹੋ ਤੁਸੀਂ ਗਾਣੇ ਬਈ ਰੈਡੀ ਹੈ ਤਿੰਨ ਚਾਰ ਗਾਣੇ ਨਾ ਬੈਕ ਟੂ ਬੈਕ ਆਪਾਂ ਛੱਡਾਂਗੇ ਰਾਈਟ ਤੇ ਉਹ ਕਿਹੋ ਜਿਹੇ ਗੀਤ ਹੋਣਗੇ ਕਿਹੋ ਜਿਹੇ ਮੀਨ ਤੁਸੀਂ ਰੋਮਾਂਟਿਕ ਹੋਣਗੇ ਸੈਡ ਹੋਣਗੇ ਨੱਚਣ ਟੱਪਣ ਵਾਲੇ ਹੋਣਗੇ ਨਹੀਂ ਰੋਮਾਂਟਿਕ ਨਹੀਂ ਹੈ ਬਈ ਨੱਚਣ ਟੱਪਣ ਵਾਲੇ ਖੜਕਾ ਦੜਕਾ ਵੀ ਨਹੀਂ ਆ ਨੱਚਣ ਟੱਪਣ ਵਾਲੇ ਹਨ ਹਾਂਜੀ ਯਾਰਾਂ ਦੋਸਤਾਂ ਲਈ ਕੁਝ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਬਈ ਇਹੀ ਕਹਿਣਾ ਚਾਹੂੰਗਾ ਕਿ ਜਿੱਦਾਂ ਤੁਸੀਂ ਪਸੰਦ ਕਰਦੇ ਇੱਦਾਂ ਪਸੰਦ ਕਰਦੇ ਰਹੋ ਮੈਂ ਵਧੀਆ ਚੰਗਾ ਹੀ ਉਮੀਦ ਕਰਦਾ ਚੰਗਾ ਹੀ ਗਾਊਂਗਾ ਜਿੰਨਾ ਚਿਰ ਗਾਊਂਗਾ ਹਨਾ ਪਰਮਾਤਮਾ ਮਾੜਾ ਨਾ ਗਵਾਵੇ ਤੇ ਚਲੋ ਥੈਂਕ ਯੂ ਕਰਦਾ ਬਈ ਸਾਰਿਆਂ ਦਾ ਸਾਰੇ ਹਨਾ ਜਿਹਨੇ ਦਰਸ਼ਕ ਦੇਖ ਰਹੇ ਨੇ ਸਾਰਿਆਂ ਦਾ ਥੈਂਕਸ ਕਰਦਾ ਵੀ ਮੈਨੂੰ ਇੱਥੋਂ ਤੱਕ ਪਹੁੰਚਾਉਣ ਉਹਨਾਂ ਦਾ ਹੱਥ ਬਹੁਤ ਵੱਡਾ ਹਨਾ ਅਤੇ ਸਾਰਿਆਂ ਦਾ ਦਿਲੋਂ ਥੈਂਕਸ ਕਰਦਾ ਸਾਗਰ ਚੀਮਾ ਤੁਸੀਂ ਸਾਡੇ ਸ਼ੋਅ ਦੇ ਵਿੱਚ ਆਏ ਉਸ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਬੈਸਟ ਵਿਸ਼ਸ ਨੇ ਤੁਸੀਂ ਅੱਗੇ ਜਾ ਕੇ ਬਹੁਤ ਵਧੀਆ ਵਧੀਆ ਗੀਤ ਲੈ ਕੇ ਆਓ ਲੋਕੀ ਤੁਹਾਡੇ ਗੀਤ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਨੇ ਥੈਂਕ ਯੂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲਓ ਜੀ ਦੋਸਤੋ ਇਹ ਸੀ ਸਾਡੀ ਬਹੁਤ ਹੀ ਪਿਆਰੀ ਜੀ ਅਤੇ ਖਾਸ ਮੁਲਾਕਾਤ ਸਾਗਰ ਚੀਮਾ ਦੇ ਨਾਲ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗਾ ਹੋਰ ਕਲਾਕਾਰਾਂ ਦੇ ਨਾਲ ਦਿਓ ਜੀ ਆਪਣੇ ਸਾਹਿਲ ਵੀਡੀਓ ਨੂੰ ਇਜਾਜ਼ਤ ਦੇਖਦੇ ਰਹੋ ਪੀ ਟੀ ਸੀ ਚੱਕਦੇ ਸਤਿ ਸ਼੍ਰੀ ਅਕਾਲ